ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੀਡਰ 2020 ਐਡੀਸ਼ਨ ਲੈਸਨ 8 ਵਿਚ ਤੁਹਾਨੂੰ ਜੀ ਆਇਆਂ ਨੂੰ ਅੱਜ ਦਾ ਜੋ ਅਸੀਂ ਪਾਠ ਪੜਾਂਗੇ ਇਹ ਇੱਕ ਸੈਂਸਿਟਿਵ ਟਾਪਿਕ ਤੇ ਹੈ ਹੋ ਸਕਦਾ ਤੁਹਾਨੂੰ ਕਈਆਂ ਨੂੰ ਆਪਣੀ ਜ਼ਿੰਦਗੀ ਵਿੱਚ ਦੇਖਣਾ ਪਿਆ ਹੋਵੇ ਯੂ ਹੈਵ ਐਕਸਪੀਰੀਂਸਡ ਇਟ ਇਨ ਯਰ ਲਾਈਫ অর ਆਈ ਏਮ ਸ਼ੂਰ ਯੂ نو ਏਟਲੀਸਟ ਵਨ ਪਰਸਨ ਹੂ ਹੈਸ ਫੇਸਡ ਇਟ ਅਮ ਇਟ ਇਜ਼ ਅਬਾਊਟ ਬੁੱਲਿੰਗ ਐਂਡ ਧ Standard that we are covering in this one is that you can speak, you can read, and write simple, compound, and complex sentences um, which are describing or comparing and stating opinions. Okay? So it's a very rich um, article. Um, there's a lot of language in it, and uh, once you're reading it well, you can write it. And you can understand better. him students can also write sentences using correct subject verb agreement. So these are advanced level language standards that you're going to learn in this one. These are some of the words which may or may not be hard for you, but let's learn some of them. Some of these are firvi means still, mother help, sahe tolerate, or saho. Yeah, so who means tolerate? Ikalle is alone. Ant, ending. Tudda marke, kick. Takke marde, shoved. Tang karange, will bother. Sanda reha, tolerated. Taad, ke, taad karke, with force, like bang. Ronda ronda, crying. In Punjabi, we have a way of speaking in which we say the same word twice to make more impact. <clears throat> first of all, spoke rudely. use your rights. Aya took pity. so these words are not too hard, but i just want to make sure that you know them. and later on, when you read this essay yourself, make sure you find these words in here. that will be helpful for you to pay attention to these words. they are important. pete ikgura mundasi. ਗੋਰਾ ਮਿੰਸ ਕਾਕੇਸ਼ੀਨ ਉਸ ਦੇ ਕੰਨ ਬਾਹਰ ਨੂੰ ਨਿਕਲੇ ਹੋਏ ਸਨ ਉਸ ਨੂੰ ਬੁੱਲੀ ਬਹੁਤ ਤੰਗ ਕਰਦੇ ਕਦੀ ਉਸ ਦੇ ਕੰਨ ਖਿੱਚਦੇ ਕਦੀ ਉਸ ਨੂੰ ਥੱਪੜ ਮਾਰਦੇ ਕਦੀ ਉਸ ਨੂੰ ਠੁੱਡਾ ਮਾਰ ਕੇ ਡੇਗ ਦਿੰਦੇ ਕਦੀ ੱੱਕੇ ਮਾਰਦੇ ਤੇ ਕਦੀ ਉਸ ਨੂੰ ਬਣੀ ਰੈਬਿਟ ਕਹਿ ਕੇ ਛੇੜਦੇ ਸੋ ਥਿਸ ਇਜ਼ ਅ ਲੌਂਗ ਕੰਪਲੈਕਸ ਸੈਂਟੈਂਸ ਬੀਟ ਨੇ ਆਪਣੇ ਮਾਪੇ ਨੂੰ ਨਾ ਦੱਸਿਆ ਕਿ ਉਸ ਨੂੰ ਮੁੰਡੇ ਤੰਗ ਕਰਦੇ ਹਨ ਉਹ ਸੋਚਦਾ ਸੀ ਕਿ ਇਹ ਸਭ ਉਸ ਦਾ ਹੀ ਕਸੂਰ ਹੈ ਉਹ ਸੋਚਦਾ ਸੀ ਜੇ ਮੇਰੇ ਕੰਨ ਠੀਕ ਹੁੰਦੇ ਤਾਂ ਮੈਨੂੰ ਕੋਈ ਨਾ ਛੇੜਦਾ ਜੇ ਮੈਂ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਬੁੱਲੀ ਮੈਨੂੰ ਹੋਰ ਵੀ ਤੰਗ ਕਰਨਗੇ ਇਸ ਮੁਸ਼ਕਲ ਬਾਰੇ ਕੁਝ ਵੀ ਨਹੀਂ ਕੀਤਾ ਜਾ ਸਕਦਾ ਮੇਰੀ ਕੋਈ ਮਦਦ ਨਹੀਂ ਕਰ ਸਕਦਾ ਇਸ ਲਈ ਉਹ ਬੁੱਲਿੰਗ ਇਕਲਾਈ ਸੰਦਾਰਿਆ ਇੱਕ ਦਿਨ ਉਸ ਨੂੰ ਕੋਰੀ ਬੁੱਲੀ ਨੇ ਬਹੁਤ ਤੰਗ ਕੀਤਾ ਪੀੜ ਰੋਂਦਾ ਰੋਂਦਾ ਘਰ ਆਇਆ ਸਿੱਧਾ ਆਪਣੇ ਕਮਰੇ ਵਿੱਚ ਚਲਾ ਗਿਆ ਬੂਹਾ ਤਾੜ ਕਰਕੇ ਬੰਦ ਕਰ ਦਿੱਤਾ ਉਸ ਦੀ ਮੰਮੀ ਉਸ ਦੇ ਕਮਰੇ ਵਿੱਚ ਆ ਗਈ ਉਸ ਨੇ ਮਾਂ ਨੂੰ ਦੱਸ ਹੀ ਦਿੱਤਾ ਮੰਮੀ ਨੇ ਉਸ ਨੂੰ ਬਹੁਤ ਪਿਆਰ ਕੀਤਾ ਪ੍ਰਿੰਸੀਪਲ ਨੂੰ ਫੋਨ ਕੀਤਾ ਅਗਲੇ ਦਿਨ ਪ੍ਰਿੰਸੀਪਲ ਨੇ ਕੋਰੀ ਅਤੇ ਹੋਰ ਟੱਕੜਾਂ ਨੂੰ ਵਾਰਨਿੰਗ ਦਿੱਤੀ ਪਰ ਉਹ ਫਿਰ ਵੀ ਉਸ ਨੂੰ ਤੰਗ ਕਰਦੇ ਰਹੇ ਪੀਟ ਬਹੁਤ ਉਦਾਸ ਸੀ ਉਸ ਦਾ ਘਰ ਤੋਂ ਬਾਹਰ ਜਾਣ ਨੂੰ ਵੀ ਦਿਲ ਨਾ ਕਰਦਾ ਉਹ ਖੇਡਦਾ ਵੀ ਨਾ ਸਕੂਲ ਦਾ ਕੰਮ ਵੀ ਨਾ ਕਰਦਾ what do you think happen to his grades when he didn't do school work ਅਖੀਰ ਤੇ ਪੀਟ ਨੇ ਸਭ ਤੋਂ ਵੱਡੇ ਬੁੱਲੀ ਕੋਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਕੋਰੀ ਬਹੁਤ ਔਖਾ ਬੋਲਿਆ ਪਰ ਫਿਰ ਉਹ ਪੇਟ ਨਾਲ ਬੈਠ ਗਿਆ ਪੇਟ ਨੇ ਉਸ ਨੂੰ ਦੱਸਿਆ ਕਿ ਉਸ ਦਾ ਮਨ ਬਹੁਤ ਦੁਖੀ ਹੁੰਦਾ ਹੈ ਜਦ ਬੁੱਲੀ ਉਸ ਨੂੰ ਛੇੜਦੇ ਹਨ ਉਸ ਨੇ ਕੋਰੀ ਨੂੰ ਪੁੱਛਿਆ ਤੈਨੂੰ ਮੇਰੀ ਕਿਹੜੀ ਗੱਲ ਤੇ ਗੁੱਸਾ ਆਉਂਦਾ ਹੈ ਕੋਰੀ ਨੇ ਪੇਟ ਵੱਲ ਧਿਆਨ ਨਾਲ ਦੇਖਿਆ ਉਹ ਕੁਝ ਵੀ ਨਾ ਕਹਿ ਸਕਿਆ ਫਿਰ ਬੋਲਿਆ ਯਾਰ ਮੇਰਾ ਆਪਣਾ ਮਨ ਬਹੁਤ ਦੁਖੀ ਹੈ ਮੇਰਾ ਡੈਡੀ ਸ਼ਰਾਬ ਪੀਂਦਾ ਹੈ ਨਸ਼ਾ ਕਰਦਾ ਹੈ ਜਦ ਉਸ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਮੈਨੂੰ ਤੇ ਮੇਰੀ ਮੰਮੀ ਨੂੰ ਥੱਪੜ ਲਾ ਦਿੰਦਾ ਹੈ ਮੈਨੂੰ ਆਪਣੇ ਡੈਡੀ ਕੋਲੋਂ ਡਰ ਲੱਗਦਾ ਹੈ ਮੈਨੂੰ ਇਸ ਲਈ ਗੁੱਸਾ ਆ ਜਾਂਦਾ ਹੈ ਪੀਠ ਨੂੰ ਕੋਰੀ ਤੇ ਤਰਸਾਇਆ ਦੋਹਾਂ ਨੇ ਹੱਥ ਮਿਲਾਏ ਤੇ ਕਲਾਸ ਵਿੱਚ ਚਲੇ ਗਏ ਕੋਰੀ ਨੇ ਫਿਰ ਪੀਠ ਨੂੰ ਤੰਗ ਨਹੀਂ ਕੀਤਾ ਇਸ ਕਹਾਣੀ ਦਾ ਅੰਤ ਚੰਗਾ ਹੋਇਆ ਪਰ ਕਈ ਬੁਲਿੰਗ ਦੀਆਂ ਕਹਾਣੀਆਂ ਇਸ ਤਰ੍ਹਾਂ ਖਤਮ ਨਹੀਂ ਹੁੰਦੀਆਂ ਉਨਾ ਦਾ ਅੰਤ ਬਹੁਤ ਡਰਾਉਣਾ ਹੁੰਦਾ ਹੈ ਇਸ ਲਈ ਬੁੱਲਿੰਗ ਇਕੱਲੇ ਨਾ ਸਹੋ ਕਿਸੇ ਨਾਲ ਇਸ ਬਾਰੇ ਗੱਲਬਾਤ ਜ਼ਰੂਰ ਕਰੋ ਤੁਹਾਨੂੰ ਖੁਸ਼ ਰਹਿਣ ਦਾ ਪੂਰਾ ਹੱਕ ਹੈ ਆਪਣਾ ਹੱਕ ਵਰਤੋ ਸੋ ਇਸ ਐਸਐਸ ਦੇ ਵਿੱਚ 412 ਸ਼ਬਦ ਨੇ 412 ਤੇ ਤੁਸੀਂ ਜੇ 60 ਵਰਡਸ ਪਰ ਮਿੰਟ ਪੜ੍ਹ ਸਕਦੇ ਹੋ ਤੇ ਤੁਸੀਂ ਐ ਅਸੀਂ 60 ਸੈਟ ਮਿੰਟ ਦੇ ਵਿੱਚ ਪੜ ਲਵਗੇ ਮੇਰੇ ਖਿਆਲ ਚ ਜਲਦੀ ਪੜ ਲਵਗੇ ਠੀਕ ਹੈ ਆਈ ਹੋਪ ਕਿ ਤੁਹਾਨੂੰ ਇਹਦੇ ਵਿੱਚ ਕੋਈ ਸਿੱਖਿਆ ਮਿਲੀ ਹੋਏਗੀ ਕਿ ਯੂਰ ਯੂ ਆਰ ਨਾਟ ਅਲੋਨ ਇਨ ਥਿਸ ਸਿਚੁਏਸ਼ਨ ਥਿਸ ਸਿਚੁਏਸ਼ਨ ਹਾਪਨ ਟੂ ਏਵਰੀ ਸਿੰਗਲ ਚਾਈਲਡ ਨਾਟ ਏਵਰੀ ਸਿੰਗਲ ਚਾਈਲਡ ਮੋਸਟ ਆਫ ਦ ਚਿਲड्रन ਥਿਸ ਇਨ ਥਿਸ ਸਟੋਰੀ ਦ ਬੋਥ ਚਿਲड्रन ਆਰ ਵਾਈਟ Both are Caucasian and bullying happened to this boy because his ears looked different. So it's not all, always hair that we might think skin color No. Bullies find a reason to bully um, because they have their own sad lives. So start a timer, read the essay again. How many minutes did you take? And write the number of minutes here. So now this is your homework. Or if you have time in class, you can do it in class. ਸੋਮਵਾਰ ਕਰਦਾ ਕੰਮ ហេਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਤੇ ਪੂਰੀ ਕੋਸ਼ਿਸ਼ ਕਰਨਾ ਕਿ ਪੂਰੇ ਵਾਕਾਂ ਵਿੱਚ ਲਿਖੋ ਪੂਟ ਨੂੰ ਪੀਟ ਨੂੰ ਬੁੱਲੀ ਤੰਗ ਕਿਉਂ ਕਰਦੇ ਸਨ ਪੀਟ ਨੂੰ ਬੁੱਲੀ ਇਸ ਲਈ ਤੰਗ ਕਰਦੇ ਸਨ ਕਿਉਂਕਿ ਉਸਤੇ ਕੰਨ ਬਾਹਰ ਨਿਕਲੇ ਹੋਏ ਸੀ ਰਾਈਟ ਪੀਟ ਨੇ ਆਪਣੇ ਮਾਪੇ ਨੂੰ ਬੁੱਲਿੰਗ ਬਾਰੇ ਕਿਉਂ ਨਹੀਂ ਦੱਸਿਆ ਰਿਮੈਂਬਰ ਉਹ ਕੀ ਸੋਚਦਾ ਸੀ ਕਿ ਉਹਦੀ ਕੋਈ ਹੈਲਪ ਨਹੀਂ ਕਰ ਸਕਦਾ ਕਿ ਇਹ ਉਹਦਾ ਹੀ ਕਸੂਰ ਹੈ ਕਿ ਜੇ ਉਹ ਕੁਝ ਨੂੰ ਦੱਸੇਗਾ ਤਾਂ ਉਹਨੂੰ ਜ਼ਿਆਦਾ ਤੰਗ ਕਰਨਗੇ ਸੋ ਤੁਸੀਂ ਉਹ ਕਾਰਨ ਇੱਥੇ ਲਿਖੋਗੇ ਪੀਟਦੀ ਮਾਂ ਦਾ ਪ੍ਰਿੰਸੀਪਲ ਨੂੰ ਬੁੱਲਿੰਗ ਬਾਰੇ ਦੱਸਣ ਦਾ ਕੀ ਅਸਰ ਹੋਇਆ ਇਹ ਅਸਰ ਹੋਇਆ ਕਿ ਪ੍ਰਿੰਸੀਪਲ ਨੇ ਬੁੱਲੀਆਂ ਨੂੰ ਬੁਲਾ ਕੇ ਤੱਕੜਾਂ ਨੂੰ ਬੁਲਾ ਕੇ ਵਾਰਨਿੰਗ ਦਿੱਤੀ ਉਹਨਾਂ ਨੂੰ ਠੀਕ ਹੈ ਪਰ ਕੀ ਬੁੱਲਿੰਗ ਖਤਮ ਹੋ ਗਈ ਬੁਲੀਂਗ ਇਨ ਸਟਾਪ ਸੋ ਓਨਲੀ ਅਸਰ ਇਹ ਹੋਇਆ ਕਿ ਉਹਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਆਪਣੇ ਆਫਿਸ 'ਚ ਬੁਲਾ ਕੇ ਕੋਰੀ ਬੁਲੀਂਗ ਕਿਉਂ ਕਰਦਾ ਸੀ ਯੂ ਰਿਮੈਂਬਰ ਉਹਨੇ ਆਪਣੀ ਲਾਈਫ ਬਾਰੇ ਕੀ ਦੱਸਿਆ ਕਿ ਉਹਦਾ ਡੈਡੀ ਸ਼ਰਾਬ ਪੀਂਦਾ ਸੀ ਤੇ ਜਦ ਸ਼ਰਾਬੀ ਕੇ ਤੇ ਫਿਰ ਉਹ ਆਪਣੀ ਵਾਈਫ ਨੂੰ ਕੋਰੀ ਦੀ ਮਾਂ ਨੂੰ ਤੇ ਕੋਰੀ ਨੂੰ ਥੱਪੜ ਵੀ ਲਾ ਦਿੰਦਾ ਸੀ ਗੁੱਸਾ ਵੀ ਕਰਦਾ ਸੀ ਠੀਕ ਹੈ ਇਸ ਕਰਕੇ ਉਹ ਬੁਲੀਂਗ ਕਰਦਾ ਸੀ ਪੀਠ ਦੀ ਬੁਲੀਂਗ ਕਿਵੇਂ ਬੰਦ ਹੋਈ ਯੂ ਰਿਮੈਂਬਰ ਜਦੋਂ ਪੀਟ ਨੇ ਕੋਰੀ ਨਾਲ ਬੈਠ ਕੇ ਗੱਲ ਕੀਤੀ ਤੇ ਉਹਨੂੰ ਪੁੱਛਤਾ ਤੈਨੂੰ ਮੇਰੇ ਤੇ ਕਿਉਂ ਗੁੱਸਾ ਆਉਂਦਾ ਹੈ ਤਾਂ ਕੋਰੀ ਨੂੰ ਸੋਚਣਾ ਪਿਆ ਕਿ ਕੋਰੀ ਨੂੰ ਗੁੱਸਾ ਪੀਟ ਤੇ ਕਿਉਂ ਆਉਂਦਾ ਹੈ ਕੋਰੀ ਨੂੰ ਗੁੱਸਾ ਪੀਟ ਤੇ ਨਹੀਂ ਆਉਂਦਾ ਸੀ ਕੋਰੀ ਨੂੰ ਗੁੱਸਾ ਆਪਣੇ ਫਾਦਰ ਤੇ ਆਉਂਦਾ ਸੀ ਤੇ ਉਹ ਗੁੱਸਾ ਕਿਸੇ ਹੋਰ ਤੇ ਲੰਗਦਾ ਸੀ ਠੀਕ ਹੈ ਸੋ ਪੀਟ ਦੀ ਬੁਲਿੰਗ ਕਿਵੇਂ ਬੰਦ ਹੋਈ ਜਦੋਂ ਪੀਟ ਨੇ ਕੋਰੀ ਨਾਲ ਗੱਲ ਕੀਤੀ ਤਾਂ ਪੀਟ ਦੀ ਬੁਲਿੰਗ ਬੰਦ ਹੋਈ ਮੰਗਲਵਾਰ ਕੱਲ ਦਾ ਕੰਮ ਹੇ ਟੈਲੀਕਿ ਸ਼ਬਦਾਂ ਨੂੰ ਉਹਨਾਂ ਦੇ ਮਤਲਬ ਨਾਲ ਜੋੜੋ ਇਹ ਸ਼ਬਦ ਤੁਸੀਂ ਪੜ੍ਹੇ ਨੇ ਉੱਧਰ ਪਿੱਛੇ ਅਸਲੀ ਪੜ੍ਹੇ ਸੀਗੇ ਇਹਨਾਂ ਦੀ मीनिंग ਨੇ ਇਹਨਾਂ ਨੂੰ ਤੁਸੀਂ ਕਨੈਕਟ ਕਰੋਗੇ ਬੋਧਵਾਰ ਕਰਦਾ ਕੰਮ ਇਹ ਸ਼ਬਦ ਨੇ ਤੁਹਾਡੇ ਐਸੇ ਦੇ ਵਿੱਚੋਂ ਇਹ ਸ਼ਬਦ ਇਹਦੇ ਵਿੱਚੋਂ ਤੁਸੀਂ ਹਾਈਲਾਈਟ ਕਰੋ ਜਾਂ ਸਰਕਲ ਕਰੋਗੇ ਠੀਕ ਹੈ ਵੀਰਵਾਰ ਕਰਦਾ ਕੰਮ ਟਾਈਮਰ ਸੈੱਟ ਕਰੋ ਇਹ ਲੇਖ ਪੜ੍ਹੋ ਕਿੰਨੇ ਮਿੰਟ ਲੱਗੇ ਸੋ ਇਹਦੇ ਨਾਲ ਕਰਕੇ ਤੁਹਾਡੀ ਪੰਜਾਬੀ ਦੀ ਰਵਾਨਗੀ ਵਾਜੇਗੀ ਤੁਹਾਨੂੰ ਇਹ ਐਸੇ ਦੀ ਹੋਰ ਸਮਝ ਆ ਜਾਏਗੀ ਤੇ ਯੂ ਵਿਲ ਬਿਕਮ ਏ ਗੁੱਡ ਪੰਜਾਬੀ ਰੀਡਰ ਸੋ ਆਪਾਂ ਅਗਲੀ ਵਾਰੀ ਫਿਰ ਮਿਲਦੇ ਹਾਂ ਅਗਲੇ ਪਾਰਟ ਦੇ ਵਿੱਚ ਅੰਟਿਲ ਥੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ